ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਆ ਪ੍ਰਦੀਪ ਤੇ ਤੁਸੀਂ ਦੇਖ ਰਹੇ ਹੋ ਪ੍ਰਦੀਪ ਵਲੌਗ. ਮੈਂ ਹੈਗਾ ਮੈਂ ਤੇ ਆ ਹੈਗਾ ਬਲੈਕੀਆ ਤੇ ਪਿੱਛੇ ਕਿਹੜਾ ਬੈਠਾ? ਆ ਕੌਣ ਬੈਠਾ? ਤੇਰਾ ਨਾਮ ਕੀ ਆ? ਕਿਹੜੀ ਸਿੰਘ? ਪਤਾ ਨਹੀਂ ਕੁਛ ਨਾਮ ਹੋਊਗਾ ਚਲੋ. ਤੇ ਕਿਉਂਕਿ ਇਹ ਪਿੱਛੇ ਤਾਂ ਬੈਠਾ ਕਿਉਂਕਿ ਇਹਦਾ ਚਾਚਾ ਜਿਹੜਾ ਉਹ ਹੈਗਾ ਰਵੀ, ਤੇ ਉਹ ਕਹਿੰਦਾ ਇਹਦੇ ਵਾਲ ਕਟਾ ਕੇ ਲਿਆਉਣੇ ਨੇ. ਅਸੀਂ ਤਾਂ ਜਾ ਰਹੇ ਸੀਗੇ ਅੱਜ, ਤੇ ਇੱਕ ਤਾਂ ਮੈਂ ਮੀਟਰ ਕਾਲਾ ਕਰਾ ਕੇ ਲਿਆਉਣਾ, ਇੱਕ ਆ ਟੇਪ ਦੁਆਰੇ ਕਰਾ ਕੇ ਲਿਆਉਣੀ ਹੈ, ਤੇ ਜੇ ਜੇ ਉਹ ਵਾਲੀ ਮਿਲ ਗਈ ਤਾਂ ਉਹੀ ਕਰਾਉਣੀ ਹੈ, ਨਹੀਂ ਤਾਂ ਫਿਰ ਆਹੀ ਕਰਾ ਕੇ ਤੇ ਇਹ ਕਿਸਮ ਤਾਲੀ ਬਣਾਉਣੀ ਹੈ. ਠੀਕ ਆ, ਹਾਂ ਇਹ ਆਪਾਂ ਕਰਾਉਣਾ. ਤੇ ਉਹ ਆ ਗਿਆ ਗੱਭਰੂ, ਇਹ ਕਹਿੰਦਾ ਸਾਨੂੰ ਤਾਰ ਜਾਓ, ਅਸੀਂ ਉੱਥੇ ਇਹਨਾਂ ਨੂੰ ਤਾਰ ਦਾਂਗੇ ਮਤਲਬ, ਅਤੇ ਅਸੀਂ ਚੱਲਦੇ ਹਾਂ ਗਾਹਾਂ ਪਿੰਡ ਜਿੱਥੇ ਵੀ ਅਸੀਂ ਟੇਪ ਕਰਾਉਣੀ ਹੈ. ਅਤੇ ਚਲੋ ਚੱਲੀਏ ਫਿਰ. ਜੇ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਦਿਓਗੇ ਤਾਂ ਇੱਕ ਮੈਂ ਬੁਲਟ ਦਿਖਾਇਆ ਸੀਗਾ ਉਹਦੇ ਵਿੱਚ ਰੀਲ ਦੇ ਵਿੱਚ, ਉਦੋਂ ਲਿਖਾ ਦੀ ਤੇਲ ਨਹੀਂ ਬੜਕ ਦੇਖ, ਉਹ ਕਾਫੀ ਜਣਿਆਂ ਨੇ ਮੈਨੂੰ ਕਮੈਂਟ ਕਰਕੇ ਕਿਹਾ ਸੀਗਾ, ਵੈਸੇ ਵਧੀਆ ਲੱਗਦਾ ਤੇ ਉਹ ਲਿਖਾਇਆ, ਪਰ ਹੁਣ ਜੇ ਮੈਂ ਉਹੀ ਲਿਖਾ ਲਿਆ ਫਿਰ ਐਂ ਲੱਗੂ ਜਿਵੇਂ ਵੀ ਬਸ ਸੇਮ ਹੋ ਗਿਆ, ਹੁਣ ਤਾਂ ਕਰਕੇ ਤੇਲ ਨਹੀਂ ਬੜਕ ਦੇਖ ਤਾਂ ਮੈਂ ਨਹੀਂ ਲਿਖਾ ਰਿਹਾ, ਉਹ ਲਾ ਦਾਂਗੇ ਏ ਕੇ 47. ਮੀਟਰ ਵੀ ਕਾਲੇ ਹੋ ਗਏ, ਥੋੜੇ ਵਧੀਆ ਲੱਗਦੇ ਨੇ ਵੈਸੇ, ਟੇਪ ਵੀ ਹੋ ਗਈ, ਪਰ ਹੁਣ ਰੈੱਡ ਲਾਈਨਿੰਗ ਵੀ ਕਰਾ ਦੇਣੀ ਆ, ਆਹ ਸਟੀਕਰ ਬਦਲਾਵਾਂ ਕਿ ਨਾ ਬਦਲਾਵਾਂ ਇਹਦੀ ਹਲੇ ਕੋਈ ਪੱਕਾ ਉਹ ਕਦੋਂ ਕਦੋਂ ਲਵਾਇਆ. ਅਤੇ ਇੱਥੇ ਕੀ ਕਰਾਈਏ ਕਿ 47 ਉਰੇ ਬਣਾਈਏ, ਦੱਸੀ ਕਾਲੇ ਓਏ ਇੱਥੇ ਬਣਾਈਏ ਕਾਲੇ 47 ਕਿਹੜੇ 'ਤੇ ਉਰੇ ਬਣਾਵਾਂਗੇ, ਛੋਟੀ 'ਚ ਬਣਾਵਾਂਗੇ ਠੀਕ ਜਮੀ, ਜਿਹੜੀ ਬਾਜ਼ਾਰ ਦੇ ਆਉਣ ਲੱਗੇ. ਬਾਕੀ ਆਪਾਂ ਜਿਹੜਾ ਜਿਹੜਾ ਕੁਛ ਕਰਾਇਆ ਉਹ ਮੈਂ ਤੁਹਾਨੂੰ ਦਿਖਾਉਣਾ ਪਿੰਡ ਜਾ ਕੇ, ਹੁਣ ਅਸੀਂ ਚੱਲਦੇ ਹਾਂ ਘਰੇ, ਅਤੇ ਪਹੁੰਚ ਕੇ ਦੱਸਦਾ ਵੀ ਕੀ ਕਰਾਇਆ ਅਤੇ ਕਿੰਨਾ ਕਰਾਇਆ, ਅਤੇ ਹੋਰ ਸਟੀਕਰ ਲਵਾਉਣਾ ਸੀ ਉਹ ਮੈਂ ਲਵਾਇਆ ਨਹੀਂ ਹਲੇ, ਚਲੋ ਉਹ ਵੀ ਤੁਹਾਨੂੰ ਦੱਸਦਾ ਪਿੰਡ ਜਾ ਕੇ. ਹੁਣ ਵੀ ਟੇਪ ਕਰਾ ਕੇ ਅਸੀਂ ਆ ਗਏ, ਇਹ ਕਹਿੰਦਾ ਬਰਗਰ ਖਾਂਦੇ ਹਾਂ, ਮੈਂ ਕਿਹਾ ਨਹੀਂ ਵੀ ਗੋਲ ਗੱਪੇ ਖਾਂਦੇ ਹਾਂ ਜਾਂ ਦਹੀਂ ਭਲੇ, ਹੁਣ ਕੀ ਖਾਈਏ ਸਾਨੂੰ ਕੁਛ ਪਤਾ ਨਹੀਂ ਲੱਗ ਰਿਹਾ, ਇਹ ਕਿਵੇਂ ਸਟੋਰੀ 'ਚ ਦੱਸਦਾ ਨਾ ਕੀ ਖਾਈਏ ਕੁਛ ਪਤਾ ਜਿਹਾ ਨਹੀਂ ਲੱਗਦਾ, ਨਿਊਟਰ ਹੋਇਆ ਕਰਦਾ ਜਿਲ੍ਹਾ ਹੈਰਾਨ ਆ ਮੇਰੇ 'ਤੇ, ਚੱਲ ਦਹੀਂ ਭੱਲੇ ਹੀ ਖਾਂਦੇ ਹਾਂ. ਦੇਖ ਦੇਖ ਕਿਵੇਂ ਝੋਲ ਸੁਣ ਲੱਗਿਆ, ਵੀ ਪਹਿਲਾਂ ਵੀਡੀਓ ਦਾ ਬਣਵਾ ਲਾ, ਅਤੇ ਹੁਣ ਅਸੀਂ ਖਾਂਦੇ ਦਹੀਂ ਭੱਲਾ ਅਤੇ ਖਾ ਕੇ ਮਿਲਦਾ ਕੀ ਆ ਭੱਲਾ, ਨਹੀਂ ਭੱਲਾ ਤਾਂ ਆਹ ਦਹੀਂ ਆ ਆਹ ਬੂੰਦੀ ਆ, ਤੁਸੀਂ ਦਹੀਂ ਭੱਲੇ ਕਰਾ ਲਏ, ਮੈਂ ਕੋਈ ਕੈਸ਼ ਹੈ ਤਾਂ ਹੈਗਾ ਸੀ, ਫਿਰ ਮੈਂ ਘਰੇ ਮੈਂ ਕਿਹਾ ਚੱਲ ਘਰੇ ਵੀ ਪੈਕ ਕਰਾ ਦਿੰਦਾ, ਉਹ ਕਰਾਉਣ ਲੱਗਿਆ ਤਾਂ ਮੈਂ ਕਿਹਾ ਚੱਲ ਉਹ ਕਰਾ ਦਿੰਦਾ ਬਾਕੀ ਘਰੇ ਕਰੂੰਗਾ, ਫਿਰ ਮੈਂ ਗੂਗਲ ਪੇ ਕਰ ਦੂੰ, ਗੂਗਲ ਪੇ 'ਤੇ ਜਵਾਬ ਦੇ ਗਿਆ, ਹੁਣ ਤਾਂ ਸ਼ੁਕਰ ਕਰੋ ਮੈਂ ਕੋਈ ਏ ਟੀ ਐੱਮ ਹੈਗਾ, ਮੈਂ ਏ ਟੀ ਐੱਮ 'ਚ ਆ ਗਿਆ,
ਤੇ ਬੜਾ ਪੈਸੇ ਕਢਾਈ ਲੈਣੇ ਤੇ ਏਟੀਐਮ ਆਏ ਸੀਗੇ ਏਟੀਐਮ ਨੇ ਵੀ ਜਵਾਬ ਦਿੱਤਾ ਫਿਰ ਮੈਂ ਜਿਹੜੀ ਬੈਂਕ ਦੀ ਐਪ ਆ ਉਹਨੇ ਵੀ ਜਵਾਬ ਦਿੱਤਾ ਪਤਾ ਨਹੀਂ ਕੀ ਗੱਲ ਕਹਿੰਦੇ ਬੈਂਕ ਦਾ ਸਰਵਰ ਡਾਊਨ ਹੋਊ ਪਤਾ ਨਹੀਂ ਕੀ ਚੱਕਰ ਆ ਫਿਲਹਾਲ ਹੁਣ ਮੇਰੇ ਕੋਲ 120 ਨੇ 150 ਦੇਣਾ ਤੇ ਬਾਕੀ 30 ਰੁਪਏ ਆਧਾਰ ਕਰ ਲਾਂਗੇ 20 ਰੁਪਏ ਦਾ ਓਏ 130 ਨੇ ਤੇਰੇ ਲਈ 130 ਨੇ ਫਿਰ 20 ਦਾ ਆਧਾਰ ਕਰ ਲਾਂਗੇ ਆਧਾਰ ਨਹੀਂ ਆਧਾਰ ਦੇਖੋ ਹੁਣ ਮੈਂ ਦੂਜੇ ਏਟੀਐਮ ਜਾ ਕੇ ਪੈਸੇ ਦਾ ਕਢਾ ਲਿਆ ਹੁਣ ਮੈਨੂੰ ਦੇਣੇ ਨੇ 20 ਰੁਪਏ ਤੇ ਮੇਰੇ ਕੋਲ ਹੈਗਾ ਜੁੜਾ ਹੋਇਆ 500 ਨੋਟ ਹੁਣ ਮੈਂ ਸੋਚ ਰਿਹਾ ਸੀ ਪਹਿਲਾਂ ਚੱਲ 100 ਦਾ ਤੇਲ ਪਾ ਦਿੰਦਾ ਤੇ 80 ਰੁਪਏ ਮਿਲ ਜਾਣਗੇ ਉਹ ਚਲੋ 20 ਰੁਪਏ ਕਟਾ ਆਵਾਂਗੇ ਚਲੋ ਦੇਖ ਲੈ ਦਿਮਾਗ ਤੇਰੇ ਵਜਾ ਸਰੇ ਆਪਾਂ ਸਾਹਿਬ ਚੁਟਕਾ ਕਰ ਲਿਆ ਚੁਟਕਾ ਮੈਨੂੰ ਇਹ ਆਇਆ ਹੁੰਦਾ ਵੀ ਜਿਹਦੇ ਕੋਲ ਪੈਸੇ ਇੱਕ ਵਾਰ ਭਰ ਲੈ ਲੈ ਤਾਂ ਮੇਰੀ ਦੇ ਦੇ ਪਤਾ ਨਹੀਂ ਕਿਉਂ ਨਾ ਆਇਆ ਫਿਰ ਤੇ ਹੁਣ ਹੋ ਗਈ ਸ਼ਾਮ ਤੇ ਮੈਂ ਤੁਹਾਨੂੰ ਆਹ ਦਿਖਾਉਣਾ ਹੀ ਭੁੱਲ ਗਿਆ ਤੇ ਫਿਰ ਮੈਂ ਦੱਸ ਦਿੰਦਾ ਕੀ ਕਰਾਇਆ ਤੇ ਕੀ ਵਧੀਆ ਲੱਗਿਆ ਮੈਨੂੰ ਕੀ ਨਹੀਂ ਤੁਸੀਂ ਮੇਰੇ ਪੁਰਾਣੇ ਸਬਸਕ੍ਰਾਈਬਰ ਹੋ ਤਾਂ ਤੁਸੀਂ ਦੇਖਿਆ ਹੋਊਗਾ ਵੀ ਆਹ ਵਾਲੀ ਜਿਹੜੀ ਆ ਰੈੱਡ ਲਾਈਨਿੰਗ ਆ ਪਹਿਲਾਂ ਵੀ ਕਰਾਈ ਸੀਗੀ ਤੇ ਹੁਣ ਦੁਬਾਰੇ ਕਰਾਈ ਆ ਤੇ ਦੇਖੋ ਤੁਸੀਂ ਥੋੜ੍ਹਾ ਜਿਹਾ ਬਾਈ ਨੇ ਭੂਰੀ ਆ ਦੇਖੋ ਮਾੜੀ ਜਿਹੀ ਭੂਰਤੀ ਉਰੇ ਵਿੱਚ ਵਿੱਚ ਭੂਰੀ ਹੋ ਜਾਣੀ ਇੰਨੀ ਖਾਸ ਕਰੀ ਨਹੀਂ ਹੈਗੀ ਤੇ ਜੇ ਪਿਛਲੀ ਵਾਰ ਮੈਂ ਕਰਾਈ ਤੀ ਉਹ ਵਧੀਆ ਲੱਗਦੀ ਸੀਗੀ ਇਸ ਵਾਰ ਥੋੜ੍ਹੀ ਜਿਹੀ ਓਵਰ ਓਵਰ ਲੱਗ ਰਹੀ ਆ ਮੈਨੂੰ ਪਤਾ ਕਿਉਂ ਕਿਉਂਕਿ ਇਹਨੇ ਉੱਪਰ ਉੱਪਰ ਵੀ ਕਰਾ ਲਈ ਉੱਪਰ ਉੱਪਰ ਮੈਨੂੰ ਵਧੀਆ ਲੱਗ ਰਹੀ ਹੁਣ ਚੱਕੋ ਠੀਕ ਆ ਆਹ ਚੱਕ ਦਿੰਦੇ ਹਾਂ ਇੱਕ ਥੱਲਿਓਂ ਵੀ ਚੱਕ ਦਿੰਦੇ ਹਾਂ ਇਹ ਨਾ ਓਵਰ ਨਹੀਂ ਲੱਗੂ ਜਿਹੜਾ ਮੈਨੂੰ ਲੱਗਦਾ ਉਹ ਵੀ ਚੱਕਦੀ ਇੱਕ ਥੱਲੇ ਵਾਲੀ ਲੈਣ ਓਕੇ ਦਿੰਦੇ ਹਾਂ ਦੇਖੋ ਹੁਣ ਥੋੜ੍ਹਾ ਐਵਰੇਜ ਲੱਗ ਰਿਹਾ ਹੁਣ ਵਧੀਆ ਲੱਗ ਰਿਹਾ ਦੇਖੋ ਹੈ ਨਾ ਹੁਣ ਵਧੀਆ ਲੱਗ ਰਿਹਾ ਕਿਉਂਕਿ ਪਿਛਲੀ ਵਾਰ ਜਦੋਂ ਮੈਂ ਕਰਾਈ ਸੀ ਇੰਨੀ ਕੁ ਕਰਾਈ ਸੀ ਉੱਪਰ ਵਾਲੀ ਲੈਣ ਨਹੀਂ ਦਿਖ ਰਹੀ ਹੁਣ ਨਾਲੇ ਓਵਰ ਨਹੀਂ ਲੱਗ ਰਿਹਾ ਹੁਣ ਨਾਲੇ ਸੋਹਣਾ ਲੱਗ ਰਿਹਾ ਕੁੱਲ ਮਿਲਾ ਕੇ ਮੇਰੀ ਗੱਲ ਇਹ ਆ ਇੱਧਰੋਂ ਵੀ ਲਾ ਦਿੰਦੇ ਹਾਂ ਜਿਹੜੀ ਜੇ ਤੁਸੀਂ ਕਰਾ ਰਹੇ ਹੋ ਇਹ ਚੀਜ਼ ਵੈਸੇ ਤਾਂ ਵਧੀਆ ਲੱਗਦੀ ਆ ਓਲਡ ਮਾਡਲ 'ਚ ਪਹਿਲਾਂ ਹੀ ਆਉਂਦੀ ਆ ਮੈਨੂੰ ਲੱਗਦਾ ਇਹ ਚੀਜ਼ ਪਰ ਤੁਸੀਂ ਕਰਾ ਸਕਦੇ ਹੋ ਇਹ ਮੇਰਾ ਉਹੀ ਕੀੜਾ ਉੱਠੜਾ ਵੀ ਚੱਲ ਕਰਾ ਚੱਲਦੇ ਹਾਂ ਪਰ ਓਵਰ ਤਾਂ ਓਵਰ ਹੀ ਲੱਗਦਾ ਜਲੂਸ ਤਾਂ ਫਿਰ ਜਲੂਸ ਹੀ ਹੁੰਦਾ ਕੱਢੂ ਬੜਿਆ ਦੇਖੋ ਹੁਣ ਸਹੀ ਲੱਗਦਾ ਹਾਂ ਹੁਣ ਬਿਲਕੁਲ ਸਹੀ ਆ ਬਿਲਕੁਲ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਹੁਣ ਸਹੀ ਕਿ ਨਹੀਂ ਉਸ ਤੋਂ ਜੀ ਆ ਮੇਰੀ ਟੇਪ ਆ ਜਿਹੜੀ ਉਹ ਖਰਾਬ ਹੋ ਗਈ ਸੀ ਦੱਸਦਾ ਮੈਂ ਦੱਸਦਾ ਟੈਸਟ ਮੈਂ ਕਰਾਉਣੀ ਤਾਂ ਬਾਜ ਵਾਲੀ ਸੀਗੀ ਪਰ ਉਹ ਬਾਜ ਵਾਲੀ ਕਦੋਂ ਮਿਲੀ ਨਹੀਂ ਰਹੀ ਤਾਂ ਕਰਕੇ ਫਿਰ ਮੈਂ ਕਿਹਾ ਚੱਲ ਵੀ ਜਿਹੜੀ ਆਹ ਚੀਜ਼ ਖਰਾਬ ਹੋਈ ਹੋਈ ਔਰੋਂ ਵੀ ਤੂੰ ਇਹਨੂੰ ਪੱਟ ਦੇ ਸਾਰੀ ਨੂੰ ਤੂੰ ਦੁਬਾਰੇ ਕਰ ਦਿਆ ਤੇ ਫਿਰ ਦੁਬਾਰੇ ਟੇਪ ਕਰਾਈ ਆਪਾਂ ਤੇ ਪਹਿਲਾਂ ਮੈਂ ਸੋਚਿਆ ਨਹੀਂ ਕਿ ਜੇ 147 ਹੋਏ ਕਰਾ ਦਿੰਦਾ ਫਿਰ ਮੈਨੂੰ ਉੱਥੇ ਪਸਤੌਲ ਦੀ ਗਿਆ ਬਣਿਆ ਹੋਇਆ ਮੈਨੂੰ ਸੋਹਣਾ ਲੱਗਿਆ ਫਿਰ ਮੈਂ ਕਿਹਾ ਚੱਲ ਇਹ ਉਰੇ ਲਾ ਦਿੰਦੇ ਹਾਂ ਉਰੇ ਮੈਂ ਕਟਾਉਣ ਲੱਗਿਆ ਫਿਰ ਮੈਂ ਕਿਹਾ ਸਾਡੇ ਛੋਟਾ ਹੀ ਕਰਨਾ ਵੱਡੀ ਕਰਾ ਦਿੰਦੇ ਹਾਂ ਵੱਡਾ ਪਹਿਲਾਂ ਮੈਂ ਐਨ ਲਵਾਉਣਾ ਸੀ ਫਿਰ ਬਾਈ ਕਹਿੰਦਾ ਐਨ ਸੋਹਣਾ ਲੱਗੂ ਫਿਰ ਮੈਂ ਐਨ ਲਵਾ ਲਿਆ ਹੈਗਾ ਥੋੜ੍ਹਾ ਦੇਖੋ ਜਮੀ ਇਹ ਉਰੇ ਸਿੱਧਾ ਹੋਣਾ ਚਾਹੀਦਾ ਜੀ ਉਰੇ ਥੋੜ੍ਹਾ ਜਿਹਾ ਐਨ ਹੋਆ ਪਰ ਮੈਨੂੰ ਤਾਂ ਘੈਂਟ ਲੱਗ ਗਿਆ ਦੇਖੋ ਵੈਸੇ ਤਾਂ ਸੋਹਣਾ ਲੱਗਦਾ ਗੁਰਤੈਨ ਤੂੰ ਦੱਸ ਕਿਵੇਂ ਲੱਗਦਾ ਵਧੀਆ ਲੱਗਦਾ ਸੱਸਾ ਦੱਸ ਪਰ ਤਾਂ ਜਵਾਕ ਆ ਤੇ ਤਾਂ ਸੋਚੇ ਵਾਲੀ ਛੋਟੀ ਆ ਠੀਕ ਆ ਤੇ ਆਹ ਵਾਲਾ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਸੋਹਣਾ ਲੱਗਦਾ ਕਿ ਨਹੀਂ ਲੱਗਦਾ ਮੈਂ ਰੀਲ ਵੀ ਪਾਈ ਸਟੋਰੀ ਪਾਈ ਰੀਲ ਨਹੀਂ ਪਾਈ ਉਹ ਤਾਂ ਵਧੀਆ ਲੱਗਦਾ ਥੋੜ੍ਹਾ ਡਿਫਰੈਂਟ ਪਟਦਾ ਕਿਵੇਂ ਤੂੰ ਸੈੱਟਾਂ ਤੂੰ ਤੇਰੇ ਵਰਗੇ ਜਵਾਕ ਪੜ ਦਿੰਦਾ ਮੈਂ ਪੜਦਾ ਪਾ ਦਿੰਦਾ ਜਿਹੜਾ ਓਏ ਦੇਖ ਜੇ ਕੋਈ ਮੋਟਰਾਂ ਖੜਾ ਹੁੰਦਾ ਨਾ ਉਹਦੀ ਇੱਕ ਚੀਜ਼ ਨੂੰ ਹੱਥ ਹੀ ਲੈ ਜਾਂਦਾ ਅਗਲਾ ਕਹਿੰਦਾ ਵੀ ਝਰੀਟ ਮਾਰਦਾ ਸਮਝ ਗਿਆ ਕਿਸੇ ਮੇਰੇ ਨੂੰ ਵੀ ਕਿਸੇ ਦੇ ਵੀ ਨਹੀਂ ਹੱਥ ਲਾਈਦਾ ਹੁੰਦਾ ਤੇ ਕਾ ਕਰਾਇਆ ਤੇ ਕੁੱਤੇ ਜੀ ਮੈਂ ਇਹਦੇ ਮੀਟਰ ਨੇ ਜਿਹੜੇ ਉਹ ਕਾਲੇ ਕਰਾ ਦਿੱਤੇ ਦੇਖੋ ਪਹਿਲਾਂ ਮੈਨੂੰ ਐਂ ਸੀ ਵੀ ਕਾਲੇ ਕਰੂੰਗਾ ਵਧੀਆ ਨਹੀਂ ਲੱਗਣੇ ਕਿਉਂਕਿ ਇੱਕ ਦੋ ਮੇਰੇ ਡੈਡੀ ਦੇ ਕਰਾਇਆ ਸੀ ਠੀਕ ਠੀਕ ਜਿਹੇ ਲੱਗਦੇ ਜਦੋਂ ਮੈਂ ਕਰਾਏ ਤਾਂ ਫਰਕ ਦੱਸਦਾ ਵੈਸੇ ਤਾਂ ਜਦੋਂ ਮੈਂ ਚੁੱਪ ਦਿਨੇ ਚਲਾਉਂਦਾ ਜਿਵੇਂ ਤੁਸੀਂ ਲਾ ਲਓ ਸਾਹਿਬ ਜਿਵੇਂ ਗੱਡੀ ਹੁੰਦੀ ਆ ਉਹਦੇ ਕਾਲੇ ਹਿੱਸੇ ਕਰਾ ਲੈਂਦੇ ਆ ਉਹ ਥੋੜ੍ਹੀ ਵਧੀਆ ਲੱਗਣ ਉਵੇਂ ਵਧੀਆ ਤਾਂ ਲੱਗਦਾ ਪਰ ਥੋੜ੍ਹੀ ਜਿਹੀ ਦੇਖੋ ਉਹਦੇ ਵਿੱਚ ਜਿਹੜਾ 10-20 ਹੈ ਜਿਹੜਾ ਮਿਟ ਗਿਆ ਉਹ ਤਾਂ ਥੋੜ੍ਹਾ ਹਨੇਰਾ ਵੀ ਹੋ ਗਿਆ ਪਰ ਅੱਗੇ ਨਾਲੋਂ ਕਲੈਰਿਟੀ ਬਹੁਤ ਘੱਟ ਗਈ ਪਰ ਇਹ ਇੰਨੀ ਜ਼ਰੂਰੀ ਨਹੀਂ ਹੈਗਾ ਦੇਖਣਾ ਵੀ ਕਿੰਨੇ ਦੇ ਚੱਲ ਰਿਹਾ ਐਡਾ ਖਾਸ ਮੈਨੂੰ ਲੱਗਿਆ ਨਹੀਂ ਪਰ ਜਿਵੇਂ ਹੁਣ ਮੈਨੂੰ ਲੱਗਦਾ ਵੀ ਮੈਂ ਆਹ ਕਾਲੇ ਕਰਾ ਕੇ ਵਧੀਆ ਕੰਮ ਕੀਤਾ ਤੇ ਕਾਲੇ ਕਰਾ ਕੇ ਸੋਹਣਾ ਲੱਗਦਾ ਤੁਸੀਂ ਦੇਖੋ ਸਹੀ ਆਪ ਥੋੜ੍ਹੀ ਜਿਹੀ ਲੁੱਕ ਜੀ ਵਧੀਆ ਬਣ ਗਈ ਮੋਡੀਫਾਈਡ ਜਿਹਾ ਹੋ ਗਿਆ ਅਤੇ ਬਸ ਇੰਨੀਆਂ ਕੁ ਚੀਜ਼ਾਂ ਕਰਾਈਆਂ ਨੇ ਅਤੇ ਪਹਿਲਾਂ ਤਾਂ ਮੇਰੀ ਸਲਾਹ ਸੀਗੀ ਵੀ ਉਹਦੇ ਸਟੀਕਰ ਵੀ ਚੇਂਜ ਕਰਾ ਦਾਂ ਮੈਂ ਆਹ ਵਾਲਾ ਅਤੇ ਮੈਂ ਕਿਹਾ ਵੀ ਪਹਿਲਾਂ ਕਿੰਨੇ ਰੁਪਏ ਹੋ ਗਏ ਉਹ ਕਹਿੰਦਾ 150 ਰੁਪਇਆ ਮੈਂ ਪੈਸਾ ਹੀ ਕੁਛ ਨਹੀਂ ਹੋਇਆ ਮੈਂ ਕਿਹਾ ਤੂੰ ਸਟੀਕਰ ਵੀ ਦਿਖਾ ਮੈਨੂੰ ਉਹਨੇ 2-4 ਸਟੀਕਰ ਦਿਖਾਏ ਫਿਰ 15 ਵੀ ਫਿਰ 100 ਦਿਖਾ ਤੇ ਮੈਨੂੰ ਕੋਈ ਪਸੰਦ ਨਹੀਂ ਆਇਆ ਫਿਰ ਹੁਣ ਮੈਂ ਕਿਹਾ ਮੈਂ ਕਿਹਾ ਰਹਿਣ ਦੇ ਸਟੀਕਰ ਤੋਂ ਵੀ ਉਹ ਮੈਂ ਫੇਰ ਲਵਾ ਲੂੰ ਮੈਂ ਘਰੋਂ ਯਾਦ ਕਰਕੇ ਆਊਂ ਜਾਂ ਫਿਰ ਜੇ ਮੈਨੂੰ ਕੋਈ ਹੋਰ ਪਸੰਦ ਆਇਆ ਤਾਂ ਲਵਾ ਲਾਂਗੇ ਬਾਕੀ ਇਹ ਕਿਸਮ ਵਾਲੀ ਹੋਵੇ ਮਾੜਾ ਨਹੀਂ ਮੈਂ ਕਿਹਾ ਥੋੜ੍ਹਾ ਚੇਂਜ ਕਰ ਦਿੰਦਾ ਤਾਂ ਕਰਾਇਆ ਸੀਗਾ ਮੈਂ ਅਤੇ ਚਲੋ ਸਟੀਕਰ ਆਹ ਵਾਲਾ ਅਤੇ ਉਹ ਵਾਲਾ ਆਪਾਂ ਫੇਰ ਲਵਾ ਲਾਂਗੇ ਜੇ ਮੈਨੂੰ ਕੋਈ ਪਸੰਦ ਆਏ ਦੋ ਉਦੋਂ ਜਾਵਾਂਗੇ ਅਤੇ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਕਿਹੜੀ ਕਿਹੜੀ ਚੀਜ਼ ਰੱਖਣੀ ਆ ਰੱਖਾਂ ਕਿ ਨਾ ਰੱਖਾਂ ਕਿਉਂਕਿ ਮੈਨੂੰ ਤਾਂ ਵਧੀਆ ਲੱਗਿਆ ਪਰ ਬਾਕੀ ਆਪਾਂ ਮੈਜੋਰਿਟੀ ਨਾਲ ਦੇਖਾਂਗੇ ਜੇ ਲੋਕਾਂ ਨੂੰ ਪਸੰਦ ਆਊ ਤਾਂ ਹੀ ਰੱਖਾਂਗੇ ਜੇ ਆਹ ਵੀ ਮੈਨੂੰ ਦੱਸੋ ਵੀ ਰੱਖਾਂ ਕਿ ਨਾ ਰੱਖਾਂ ਵੈਸੇ ਵੀ ਮੈਨੂੰ ਵਧੀਆ ਲੱਗੀ ਹੁਣ ਤਾਂ ਅਤੇ ਮੀਟਰ ਤਾਂ ਚਲੋ ਤੁਸੀਂ ਨਾ ਦੱਸੋ ਕਿਉਂਕਿ ਮੈਨੂੰ ਵਧੀਆ ਲੱਗੇ ਕਿਉਂਕਿ ਕਾਲੇ ਮੀਟਰ ਵਧੀਆ ਲੱਗਦੇ ਨੇ ਬਾਕੀ ਸ਼ਾਇਦ ਤੁਹਾਨੂੰ ਵੀ ਕਾਲੇ ਪਸੰਦ ਹੋਣ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਠੀਕ ਆ ਅਤੇ ਮਾਫੀ ਚਾਹੁੰਦਾ ਤੁਹਾਨੂੰ ਪਿੱਛੇ ਬੈਕਗਰਾਊਂਡ 'ਚ ਆਵਾਜ਼ ਹੀ ਆਉਂਦੀ ਹੋਊ ਕਿਉਂਕਿ ਕਿੱਥੇ ਜਵਾਕ ਜੇ ਖੇਡ
ਤਾਂ ਮੈਂ ਚਾਬੀ ਵੀ ਲੈ ਗਿਆ ਜੀ ਇੱਕਣੇ ਰੋੜ ਕੇ ਲੈ ਜਾਣਾ ਪੂ ਹੈ ਘਰੇ ਹੁਣ ਉਫੂ ਚਲੋ ਕੋਈ ਗੱਲ ਨਹੀਂ ਅਤੇ ਹੁਣ ਮੈਨੂੰ ਫੋਨ ਫੜਨਾ ਔਖਾ ਲੱਗਦਾ ਕਿਉਂਕਿ ਮੇਰੇ ਹੁਣ ਡਾਟਾ ਕੇਬਲ ਲੱਗੀ ਹੋਈ ਹੈ ਨਾਲ ਅਤੇ ਮੈਂ ਕਹਿਣਾ ਸੀ ਅੱਜ ਦਾ ਵਲੋਗ ਪੂਰੀ ਖਤਮ ਕਰਦੇ ਹਾਂ ਜੇ ਵਲੋਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਕਰ ਦਿਓ ਅਤੇ ਮਿਲਦਾ ਤੁਹਾਨੂੰ ਆਪਾਂ ਨਵੇਂ ਵਲੋਗ ਤੱਕ ਲਈ ਓਕੇ ਬਾਏ ਟਾਟਾ।